ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਦੀ ਖਬਰ ਆਉਣ ਤੋਂ ਬਾਅਦ ਬੜੇ ਚਿਰ ਤੋਂ ਇਹ ਸਸ਼ੋਪੰਜ ਬਣੀ ਹੋਈ ਸੀ ਕਿ ਕਰਤਾਰਪੁਰ ਸਾਹਿਬ ਜਾਣ ਲਈ ਵੀਜ਼ਾ ਲੈਣਾ ਪਏਗਾ ਜਾਂ ਨਹੀਂ। ਹੁਣ ਵੱਡੀ ਖਬਰ ਇਹ ਹੈ ਕਿ ਇਸ ਦੇ ਲਈ ਵੀਜ਼ਾ ਨਹੀਂ ਲੈਣਾ ਪਏਗਾ, ਕਿਉਂਕਿ ਇਸ ਦਾ ਐਲਾਨ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈ। ਉਹਨਾਂ ਨੇ ਸਾਫ਼ ਕੀਤਾ ਕਿ ਕੋਰੀਡੋਰ ਦਾ ਮਤਲਬ ਹੀ ਇਹ ਹੈ ਕਿ ਇਸ ਵਿੱਚ ਕੋਈ ਵੀ ਸ਼ਰਧਾਲੂ ਕਿਸੇ ਵੀ ਵੇਲੇ ਦਰਸ਼ਨਾਂ ਦੇ ਲਈ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜਾ ਸਕਦਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਐਲਾਨ ਕੀਤਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਪਹਿਲੇ ਜਥੇ ਦੇ ਵਿੱਚ ਉਹ ਖੁਦ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਇਸ ਕੋਰੀਡੋਰ ਦੇ ਰਾਹੀਂ ਜਾਣਗੇ। ਮੈਨੂੰ ਖੁਸ਼ੀ ਹੈ ਕਿ ਆਰੰਭ ਤਾਂ ਹੋਇਆ ਹੈ ਔਰ ਮੈਂ ਆਸ ਕਰਦਾ ਹਾਂ ਕਿ ਪਾਕਿਸਤਾਨ ਵਾਲੇ ਵੀ ਇਸ ਗੱਲ ਨੂੰ ਜਲਦੀ ਸਿਰ ਚੜਾਉਣਗੇ ਤਾਂ ਕਿ ਅਗਲੇ 23 ਨਵੰਬਰ ਜਦੋਂ ਗੁਰਪੁਰਬ ਆਉਣਾ ਹੈ ਆਪਣਾ, ਭਾਰਤ ਦਾ 550ਵਾਂ ਸਾਲ ਹੋਣਾ ਹੈ, ਇਹ ਆਪਾਂ ਉਹ ਦਿਨ ਪਹਿਲੇ ਸਾਡੇ ਲੋਕ ਉੱਥੇ ਜਾ ਕੇ ਦਰਸ਼ਨ ਕਰ ਸਕਣ। ਇੱਕ ਮੈਂ ਦੇਖਦਾ ਰਹਿੰਦਾ ਸੋਸ਼ਲ ਮੀਡੀਆ 'ਤੇ ਬੜੀ ਗੱਲ ਚੱਲੀ ਹੈ ਕਿ ਇਹ ਜਿਹੜਾ ਲਾਂਘਾ ਹੋਊਗਾ ਇਹਦਾ ਵੀਜ਼ਾ ਸਾਨੂੰ ਦਿੱਤਾ ਜਾਵੇ ਔਰ ਉਹਦੀ ਕੋਈ ਰੁਕਾਵਟ ਨਾ ਹੋਵੇ। ਹੁਣ ਜਦੋਂ ਲਾਂਘਾ ਮਿਲਦਾ ਹੈ ਉਹਦਾ ਮਤਲਬ ਹੈ ਕੋਈ ਵੀਜ਼ਾ ਦੀ ਲੋੜ ਨਹੀਂ, ਇਹ ਤਾਂ ਇੱਕ ਲਾਂਘਾ ਹੋਊਗਾ ਕਿ ਤੁਸੀਂ ਜਦੋਂ ਜੀ ਕਰਦਾ ਜਦੋਂ ਖੁੱਲ੍ਹਦਾ ਉੱਥੇ ਜਾਓ, ਮੱਥਾ ਟੇਕੋ ਔਰ ਵਾਪਸ ਆਓ। ਤੋ ਇਹ ਤਾਂ ਉਹੀ ਲੋਕ ਕੋਈ ਫੈਲਾ ਰਹੇ ਨੇ ਇਸ ਗੱਲ ਨੂੰ, ਲੇਕਿਨ ਇਹ ਜੋ ਹੈ ਗੱਲ ਇਹ ਤਾਂ ਤੁਹਾਡੇ ਵਾਸਤੇ ਖੁੱਲ੍ਹੇ ਦਰਸ਼ਨ ਦੀਦਾਰ ਨੇ ਔਰ ਤੁਸੀਂ ਜਦੋਂ ਮਰਜ਼ੀ ਤੁਹਾਡੇ ਜਾਣਾ ਚਾਹੋਗੇ ਤੁਸੀਂ ਜਾਓ। ਜਿਸ ਦਿਨ ਪਹਿਲੇ ਬੰਦਾ ਉੱਥੋਂ ਲੰਘੂਗਾ ਮੈਂ ਤੁਹਾਡੇ ਨਾਲ ਲੰਘੂਗਾ ਔਰ ਜਾ ਕੇ ਆਪਾਂ ਕਰਤਾਰਪੁਰ ਸਾਹਿਬ ਮੱਥਾ ਟੇਕ ਸਕਾਂਗੇ।